चक सुझा रहा सी कि परम सत्कार जो खालसा जी हुण जिस जगह दे उत्ते असीं खड़े हां इथों दिस रहा कि बाबा नौद सिंह जी की अमर शहीद की उस माधे तो संगत तुर के आउण दी आ। प्रकाश सिंह बादल सुन ले, तेरे राजभाग दियां जड़ां पुटियां गईयां ई बाबा प्रदीप सिंह जी चांदपुर। परम सत्कारयोग गुरु प्यारे खालसा जी शहीदां दी पावन पवित्र धरती दे उत्ते धन श्री गुरु ग्रंथ साहिब महाराज जी की हाजर हजूरी दे विच सरबत खालसा दे रूप विच पहुंचे गुरु प्यारे खालसा जी फतेह अर्ज करो। वाहिगुरु जी का वाहिगुरु जी की। समय की नजाकत है अपनी जथेबंदी पंथक सेवा लहर दादू साहेब दा सेवादार होण दे नाते आप जी दे दर्शन करन वास्ते खड़ा होया। समा एक मिनट आ, कुजे विच समुंदर वाली गल आ, गल्लां बहुत करन नूं है, इक्को ही गल मेरी सुनियो। जे तुसी साथ दोगे सूरज नूं चंद कर देंगे, जे तुसी साथ दोगे सूरज नूं चंद कर देंगे। बुच्चड़ सरकारे सुन ला, असी तेरियां नासा बंद कर देंगे। वाहिगुरु जी का खालसा वाहिगुरु जी वाहिगुरु। अज दो चीजां ने, बदलां ने, बादलां ने, रुकावटां बड़ियां पाईयां, पर इन्हां दीआं रुकावटां नूं चीरदे होए आप गुरु की गोदी विच आ गए हो। मैं चूसले वर दी एक गल कह के समाप्ति करांगा। वो कहिंदा जे किधरे गतियां दी कौम दा आगू शेर बना दिओ ते कहिंदा मामला हल हो सकदा है, पर कहिंदा जे कौम शेरां दी होवे ते इहदा आगू कदे बना दिओ, कहिंदा फिर पल्ले कुछ नहीं पैंदा हुंदा, आ कौम शेरां दी है। ਇਹ ਕੌਮ ਸ਼ੇਰਾਂ ਦੀ ਹੈ ਤੇ ਸਟੇਜ ਤੇ ਬੈਠਿਆਂ ਨੂੰ ਮੈਂ ਸਾਰਿਆਂ ਨੂੰ ਕਹਾਂਗਾ ਅੱਜ ਇੱਕ ਸਾਨੂੰ ਚੰਗਾ ਆਗੂ ਦਿਓ, ਸਾਡੀ ਝੋਲੀ ਕੁਝ ਪਾਓ, ਅਸੀਂ ਮਾਣ ਦੇ ਨਾਲ ਦੁਨੀਆ ਨੂੰ ਦੱਸਦੇ ਹੋਏ ਜਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਹੀ ਗੱਲਾਂ ਕਹਿਣੀਆਂ ਨੇ। ਪਹਿਲਾ ਸੰਦੇਸ਼ ਭਾਈ ਰੇਸ਼ਮ ਸਿੰਘ ਜੀ ਮੁਖੀ ਬੱਬਰ ਖਾਲਸਾ ਜਰਮਨੀ, भाई गुरविंदर सिंह जी बबर बरनाला, भाई कुलविंदर सिंह जी पबिया, सारे सिंघां दे वलों यूरोप दीआं समूह सिख जथेबंदियां वलों सरबत खालसा दे विच पास कीते गए मतियां दे नाल उह समर्थन देंदे ने। दूजी गल दास अपने जथे वलों इह कहिणी चाहुंदा है कि जिहड़ा भी बंदा गुरु ग्रंथ साहिब दी बेअदबी करदा है उहदे नाल किसे लीडर दे मगर लग के झंडियां चा के नहीं बहिणा, ਉਹਨੂੰ ਝਟਕਾ ਦਿਓ। ਨਹੀਂ ਝਟਕਾ ਸਕਦੇ ਸਾਨੂੰ ਦੱਸਿਓ, ਇਹ ਸੇਵਾ ਅਸੀਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਰੌਲਾ ਪਵੇ ਜ਼ਮੀਰ, ਮੈਂ ਪੁੱਛਾਂ ਰੱਬਾ ਡਾਡਿਆ ਕੈਸੀ ਲਿਖਤੀ ਤੂੰ ਤਕਦੀਰ, ਓਏ ਅੱਜ ਕਿਉਂ ਨੀ ਨੱਸ ਤੂੰ ਮਾਰਦਾ ਇਹ ਸੰਡਿਆਂ ਦੀ ਢਾਣੀ ਨੂੰ, ਉਹ ਦੇਸ਼ ਵੀ ਸਿੱਖਾਂ ਦਾ ਹੋ ਸਕਦਾ ਜਿੱਥੇ ਅੱਗਾਂ ਲੱਗਣ ਪਾਣੀ ਨੂੰ, ਜਿੱਥੇ ਬੇਅਦਬੀ ਹੋਵੇ ਪਾਣੀ ਦੀ, ਜਿੱਥੇ ਬੇਅਦਬੀ ਹੋਵੇ ਪਾਣੀ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੰਨੋ ਕਿ ਜ਼ਿਲ੍ਹਾ ਬਰਨਾਲਾ ਤੋਂ 40 ਬੱਸਾਂ ਵਾਲੇ ਮਾਲਕਾਂ ਨੂੰ ਸਰਕਾਰ ਵੱਲੋਂ ਰੂਟ ਕੈਂਸਲ ਕਰਨ ਦੀ ਧਮਕੀ ਦੇ ਕੇ ਰੋਕਿਆ ਜਾ ਰਿਹਾ। ਅਸੀਂ ਵਿਸ਼ਵਾਸ ਦਿਵਾਉਣੇ ਆ ਟਰਾਂਸਪੋਰਟ ਵੀਰਾਂ ਨੂੰ, ਫਿਕਰ ਨਾ ਕਰੋ, ਸਾਰਾ ਕੁਛ ਹੋ ਜਾਏਗਾ। ਇਸ ਕਰਕੇ ਨਾ ਅਸੀਂ ਜਬਰ ਕਰਦੇ ਹਾਂ ਨਾ ਜਬਰ ਸਹਿੰਦੇ ਹਾਂ। ਇਸ ਕਰਕੇ ਇਹ ਜਿਹੜੀਆਂ ਨੀਤੀਆਂ ਦੇ ਖਿਲਾਫ ਤਾਂ ਇਕੱਠ ਹੋਇਆ, ਸਿੱਖ ਕੌਮ ਜਾਗ ਚੁੱਕੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ, ਉਹ ਆਉਣ ਪਹੁੰਚੇ ਨੇ, ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਇੱਕ ਜਕਾਰਾ ਛੱਡੀਏ। ਬੋਲੇ ਸੋਹ
ਰਣਵੀਰ ਸਿੰਘ ਬਾਦਲ ਸੰਤਾਂ ਦੇ ਡੇਰਿਆਂ ਵਿੱਚ ਜਹਾਜ਼ ਤਾਰਦਾ ਹੈ। ਵੇਖ ਜਹਾਜ਼ ਉਤਰਿਆ ਸੰਤਾਂ ਦਾ, ਸੰਤਾਂ ਦਾ ਜਹਾਜ਼ ਉਤਰਿਆ। ਸੋ ਭਾਈ ਸਾਹਿਬ ਜੀ ਤੁਹਾਡੇ ਨਾਲ ਵਿਚਾਰ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਜਿਹੜੀਆਂ ਸੰਗਤਾਂ ਗੁਰੂ ਨੂੰ ਪ੍ਰੇਮ ਕਰਦੀਆਂ ਨੇ ਇੱਥੇ ਪੁੱਜੇ ਹਾਂ, ਅਤੇ ਮੈਂ ਜਿਹੜੀ ਅੱਗੇ ਕਮੇਟੀ ਪੰਥਕ ਲੀਡਰ ਪੰਥਕ ਜਥੇਬੰਦੀਆਂ ਆ ਕੇ ਲੱਗੀਆਂ ਹਨ, ਉਹਨਾਂ ਦੇ ਚਰਨਾਂ ਵਿੱਚ ਸਿਰਫ ਇੱਕ ਬੇਨਤੀ ਕਰੂੰਗਾ, ਜੋ ਵੀ ਮਤੇ ਕੌਮ ਦੇ ਅੱਗੇ ਰੱਖੇ ਜਾਣ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਅਤੇ ਇਤਿਹਾਸ ਨੂੰ ਮੁੱਖ ਰੱਖ ਕੇ ਰੱਖੇ ਜਾਣ, ਜੋ ਸਾਨੂੰ ਫਿਰ ਨਿਰਾਸ਼ ਨਾ ਹੋਣਾ ਪਵੇ। ਅਸੀਂ ਇੱਥੇ ਤੁਹਾਡੇ ਤੇ ਬਹੁਤ ਵੱਡੀ ਆਸ ਲੈ ਕੇ ਆਏ ਹਾਂ, ਅਤੇ ਕਈ ਪ੍ਰਚਾਰਕ ਆਪਣੀਆਂ ਸਟੇਜਾਂ ਤੋਂ ਇਹ ਕਹਿ ਰਹੇ ਹਨ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੀ ਉਦਾਹਰਣ ਦਿੰਦੇ ਹਨ ਕਿ ਉਹਨਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਸ਼ਹੀਦੀ ਦਿੱਤੀ, ਪਰ ਅੱਜ ਉਹ ਪ੍ਰਚਾਰਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਦਾਹਰਣ ਕਿਉਂ ਨਹੀਂ ਦਿੰਦੇ? ਚਾਰ ਸਾਹਿਬਜ਼ਾਦਿਆਂ ਦੇ ਵਿੱਚੋਂ ਦੋ ਸਾਹਿਬਜ਼ਾਦਿਆਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਸ਼ਹੀਦੀ ਦਿੱਤੀ, ਬਾਬਾ ਬੰਦਾ ਸਿੰਘ ਬਹਾਦਰ ਦੀ ਉਦਾਹਰਣ ਕਿਉਂ ਨਹੀਂ ਦਿੰਦੇ? ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿਧਾਂਤ ਅਤੇ ਆਪਣਾ ਇਤਿਹਾਸ ਮੌਕਾ ਪ੍ਰਸਤ ਹੋ ਕੇ ਆਪਣੇ ਸਵਾਰਥ ਲਈ ਨਾ ਵਰਤੀਏ। ਅਸੀਂ ਇੱਥੇ ਆਸ ਲੈ ਕੇ ਆਏ ਹਾਂ, ਸਾਡੀ ਆਸ ਪੂਰੀ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਿਮੰਦਰ ਸਾਹਿਬ ਆਪ ਜੀ ਦਾ, ਸ੍ਰੀ ਅਕਾਲ ਤਖ਼ਤ ਸਾਹਿਬ ਤੁਹਾਡਾ ਹੈ, ਪੰਜ ਤਖ਼ਤ ਤੁਹਾਡੇ ਨੇ, ਸਿੱਖ ਪੰਥ ਦਾ ਇਹ ਠਾਠਾ ਮਾਰਦਾ ਹੋਇਆ ਸਮੁੰਦਰ, ਆਪਣੇ ਗੁਰਧਾਮਾਂ ਦੀ ਸੇਵਾ ਸੰਭਾਲੋ, ਅਤੇ ਜਿਹੜੇ ਕਾਗਜ਼ ਪੰਜ